देश विदेश दीयां खबरां सब तो पहला देखन लई पंजाबी स्टेशन यूट्यूब चैनल नू सबसक्राइब करो। फेसबुक अते इंस्टाग्राम उपभोक्ता पंजाबी स्टेशन पेज नू लाइक अते फॉलो करो। अपने सुझाव कमेंट बॉक्स विच जरूर दसो। खबरां अते इश्तिहार देण लई 9417574552 ते संपर्क करो। धन्यवाद। मेरा नाम अजनीत कौर है ते मैं गुरदासपुर संत नगर दी रहन वाली हाँ। तो मैनू लैंग्वेजेस इंटरस्ट इसलिए पिया सी जो कोविड दा टाइम आया सी उदो लॉकडाउन लग गया सी ते साडे सारयां कोल बहुत फ्री टाइम सी ते अपने फ्री टाइम नू कंज्यूम करन वास्ते मैं लैंग्वेजेस सीखनियां स्टार्ट कीतियां। तो सब तो पहले मैं कोरियन सीखी सी ते मैनू कोरियन सीखन च इंटरस्ट इस कारण आया क्योंकि मैं कोरियन म्यूजिक सुनदी सी ते मेरे कुछ कोरियन दोस्त भी हैगे सी उन्होंने गलबात करन वास्ते मैं कोरियन सीखी। तो फिर कोरियन सीखने तो बाद मैनू फिर फ्रेंच च इंट्रस्ट लग गया तो मैं फ्रेंच भी सीखी। उस तो बाद फिर लैंग्वेज सीखते सीखते मेरा इंट्रस्ट एक पैशन बन गया ते ओ मैं पैशन हुण अजे भी रिज्यूम करनी हाँ जिदा बाकी लैंगुएज सीखन वास्ते जिदा मैं 4 लैंगुएज मेरे को सर्टिफिकेट्स है तो बाकी 7 लैंगुएज मैं बोल सकती हाँ। ਕਿੰਨਾ ਸਮਾਂ ਲੱਗਾ ਪਹਿਲੀ ਲੈਂਗੁਏਜ ਸਿੱਖਣ ਨੂੰ ਤੇ ਇੱਕ ਇੱਕ ਲੋਕਡਾਊਨ ਵਿੱਚ ਕਿਹੜੀ ਲੈਂਗੁਏਜ ਸਿੱਖੀ ਸੀਗੀ? ਪਹਿਲੀ ਕੋਰੀਅਨ ਸਿੱਖਣ ਨੂੰ ਮੈਨੂੰ 4-5 ਮਹੀਨੇ ਲੱਗ ਗਏ ਸੀ ਜਿੱਦਾਂ ਮੈਂ ਦਿਨ ਦੇ 6-6 ਘੰਟੇ 7-7 ਘੰਟੇ ਉਹਨੂੰ ਸਿੱਖਣ ਨੂੰ ਲਾਉਂਦੀ ਸੀ ਅਤੇ ਲੋਕਡਾਊਨ ਦੇ ਵਿੱਚ ਮੈਂ 2 ਹੀ ਲੈਂਗੁਏਜ ਸਿੱਖ ਪਾਈ ਸੀ ਇੱਕ ਕੋਰੀਅਨ ਅਤੇ ਇੱਕ ਫਰੈਂਚ। ਉਸ ਤੋਂ ਬਾਅਦ ਕਿਹੜੀ ਭਾਸ਼ਾਵਾਂ ਸਿੱਖੀਆਂ? ਉਸ ਤੋਂ ਬਾਅਦ ਮੈਂ ਜੈਪਨੀਜ਼ ਸਿੱਖੀ, ਜਰਮਨ ਸਿੱਖੀ, ਸਪੈਨਿਸ਼ ਸਿੱਖੀ, ਫਿਰ ਮੈਂ ਚਾਈਨੀਜ਼ ਵੀ ਸਿੱਖੀ ਸੀ ਬੇਸਿਕਸ ਵਗੈਰਾ ਉਹਦੇ। ਜੇ ਹਿੰਦੀ ਪੰਜਾਬੀ ਨੂੰ ਮਿਲਾ ਕੇ ਕੁੱਲ ਭਾਸ਼ਾਵਾਂ ਦੀ ਗੱਲ ਕੀਤੀ ਜੇ ਕਿੰਨੀਆਂ ਭਾਸ਼ਾਵਾਂ ਦਾ ਗਿਆਨ ਹੈਗਾ? ਮੈਨੂੰ 10 ਭਾਸ਼ਾਵਾਂ ਦਾ ਗਿਆਨ ਹੈਗਾ ਜੇ ਉਹਨਾਂ ਨੂੰ ਹਿੰਦੀ ਪੰਜਾਬੀ ਇੰਗਲਿਸ਼ ਨੂੰ ਐਡ ਕਰੀਏ। ਕੋਰੀਆ ਵਿੱਚ ਜਿਹੜਾ ਤੁਹਾਡਾ ਤੁਹਾਡਾ ਆਈ ਟੈਸਟ ਹੋਇਆ ਸੀ ਕਿੱਥੇ ਹੋਇਆ ਸੀ ਅਤੇ ਕੌਣ ਕੌਣ ਆਇਆ ਸੀ? ਕਿੰਨੇ ਕਿੰਨੇ ਪਾਰਟੀ ਸੀ? ਜਿਹੜਾ ਮੇਰਾ ਕੋਰੀਆ 'ਚ ਐਗਜ਼ਾਮ ਹੋਇਆ ਸੀ ਉਹ ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੋਇਆ ਸੀ ਅਤੇ ਦਿੱਲੀ 'ਚ ਉਹਦੇ 750 ਸੀਟ ਸੀ ਅਤੇ ਪੂਰੇ ਇੰਡੀਆ 'ਚ ਸਿਰਫ 1000 ਸੀਟ ਸੀ। ਪੰਜਾਬ 'ਚ ਪਾਰਟੀ ਤੁਸੀਂ ਕਿੱਥੇ ਕਰਦੇ ਨੇ? ਹਾਂਜੀ ਗੁਰਦਾਸਪੁਰ 'ਚ ਤਾਂ ਮੈਂ ਇਹੀ ਜੇ ਅਤੇ ਉੱਥੇ ਬਾਕੀ ਸਟੇਟਸ 'ਤੇ ਵੀ ਲੋਕ ਆਏ ਜਿੱਦਾਂ ਉੱਤਰਾਖੰਡ, ਉੱਤਰ ਪ੍ਰਦੇਸ਼, ਬਾਕੀ ਸਟੇਟਸ ਲਈ ਦਿੱਲੀ ਦੇ ਨਾਂ ਲੱਗਦੀ ਆ ਅਤੇ ਫੋਰ ਜੇ ਆਪਾਂ ਗੈਸ ਕਰੀਏ ਤਾਂ ਪੰਜਾਬ 'ਚ ਸਿਰਫ ਮੈਂ ਹੀ ਸੀ। ਕਿਹੜੀ ਕਲਾਸ 'ਚ ਪੜ੍ਹਦੇ ਅਤੇ ਕਿੱਥੇ ਸਟੱਡੀ ਕਰ ਰਹੇ ਹੋ? ਮੈਂ ਕੈਲੇਡੋਨੀਅਨ ਇੰਟਰਨੈਸ਼ਨਲ ਸਕੂਲ ਪਠਾਨਕੋਟ ਪੜ੍ਹਦੀ ਹਾਂ ਅਤੇ ਮੈਂ 10th ਕਲਾਸ 'ਚ ਹਾਂ ਜੀ। ਗੋਲ ਕੀ ਹੈਗਾ? ਮੇਰਾ ਗੋਲ ਇਹ ਹੈ ਕਿ ਜਿੱਦਾਂ ਉਹਨੇ ਇੰਟਰਸਟ ਮੇਰਾ ਪੈਸ਼ਨ ਬਣ ਗਿਆ ਅਤੇ ਮੈਂ ਇੱਕ ਐਮਬੈਸੀ 'ਚ ਟਰਾਂਸਲੇਟਰ ਲੱਗਣਾ। ਕੀ ਕਾਰਨ? ਕਿਉਂਕਿ ਪਹਿਲੇ ਸਿਰਫ ਇੰਟਰਸਟ ਹੀ ਅਤੇ ਇੰਟਰਸਟ ਐਜ਼ ਆ ਹੋਬੀ ਸੀ ਕਿ ਹੋਬੀ ਆ ਉਹਨੂੰ ਨਾਲ ਨਾਲ ਕੰਟੀਨਿਊ ਕਰਾਂਗੇ ਪਰ ਸਿੱਖਦੇ ਸਿੱਖਦੇ ਮੇਰਾ ਪੈਸ਼ਨ ਬਣ ਗਿਆ ਕਿ ਇਹ ਚੀਜ਼ 'ਚ ਮੈਂ ਵਧੀਆ ਇਹ ਚੀਜ਼ 'ਚ ਮੈਂ ਕਰ ਸਕਦੀ ਹਾਂ ਅਤੇ ਪੈਸ਼ਨ ਨੂੰ ਅੱਗੇ ਕੰਟੀਨਿਊ ਕਰਨ ਵਾਸਤੇ ਮੇਰਾ ਏਮ ਟਰਾਂਸਲੇਟਰ ਬਣ ਗਿਆ। ਗੋਲ ਨੂੰ ਅਚੀਵ ਕਰਨ ਵਾਸਤੇ ਕਿਸ ਤਰ੍ਹਾਂ ਤਿਆਰੀ ਚੱਲ ਰਹੀ ਹੈ? ਮੇਰੀ ਤਿਆਰੀ ਇਹ ਚੱਲ ਰਹੀ ਆ ਜਿੱਦਾਂ ਹੁਣ ਮੈਨੂੰ ਔਨਲਾਈਨ ਕੋਰਸਿਸ ਕਰਨੀ ਪਈਆਂ, ਲੈਕਚਰਸ ਲੈਣੀ ਪਈਆਂ, ਸਰਟੀਫਿਕੇਟਸ ਮਿਲਦੇ ਪਏ ਆ ਅਤੇ ਅੱਗੇ ਹੁਣ ਮੈਂ ਜਿੱਦਾਂ ਕਾਲਜ 'ਚ ਜਾ ਕੇ ਉਹਨਾਂ ਦੀ ਡਿਗਰੀਜ਼ ਕਰਾਂਗੀ ਅਤੇ ਇਹ ਮੇਰਾ ਅਜੇ ਪਲੈਨ ਹੈ। ਘਰਦਿਆਂ ਦੀ ਬਹੁਤ ਸਪੋਰਟ ਹੈ, 'ਚ ਜਿੱਦਾਂ ਮੇਰੇ ਪੇਰੈਂਟਸ ਦੀ ਬਹੁਤ ਸਪੋਰਟ ਹੈ, ਉਹ ਮੇਰੇ ਇਹਨਾਂ ਦੀ ਮਤਲਬ ਮੈਨੂੰ ਸਪੋਰਟ ਕਰਦੇ ਆ, ਮੇਰੇ ਪੈਸ਼ਨ 'ਚ ਸਪੋਰਟ ਕਰਦੇ, ਕਦੀ ਮੈਨੂੰ ਰੋਕਿਆ ਨਹੀਂ ਕਿ ਤੂੰ ਇਹ ਨਹੀਂ ਕਰਨਾ, ਤੂੰ ਉਹ ਵਾਲੀ ਲੈਂਗੁਏਜਸ ਨਹੀਂ ਕਰਨੀ, ਉਹ ਹਰੇਕ 'ਚ ਸਪੋਰਟ ਕਰਦੇ ਨੇ ਅਤੇ ਉਹਨਾਂ ਦੇ ਸਿਰ 'ਤੇ ਹੀ ਇਹ ਸਾਰਾ ਕੁਛ ਹੁੰਦਾ ਪਿਆ। ਉਹਨਾਂ ਨੂੰ ਤਾਂ ਅਜੇ ਮਤਲਬ ਸਮਝ ਨਹੀਂ ਆਉਂਦੀ ਮੈਂ ਕੀ ਕੀ ਬੋਲਦੀ ਹਾਂ, ਪਰ ਉਹਨਾਂ ਨੇ ਕਦੀ ਮਤਲਬ ਡਾਂਟਿਆ ਵਗੈਰਾ ਨਹੀਂ, ਮਜ਼ਾਕ ਵਗੈਰਾ ਜ਼ਰੂਰ ਕੀਤਾ। ਹਾਂਜੀ, ਮੇਰਾ ਨਾਮ ਮਨਦੀਪ ਸਿੰਘ ਹੈ, ਮੈਂ ਸੰਤ ਨਗਰ ਗੁਰਦਾਸਪੁਰ ਦਾ ਵਾਸੀ ਹਾਂ ਅਤੇ ਅਜਨੀਤ ਜਦੋਂ 7th 6th ਕਲਾਸ ਵਿੱਚ ਪੜ੍ਹਦੀ ਸੀਗੀ ਉਦੋਂ ਇਹਨੂੰ ਥੋੜ੍ਹਾ ਥੋੜ੍ਹਾ ਆਪਣਾ ਕੋਰੀਅਨ ਮਿਊਜ਼ਿਕ ਵੱਲ ਧਿਆਨ ਜਾਣਾ ਸ਼ੁਰੂ ਕੀਤਾ, ਫਿਰ ਇਹਨੇ ਕੋਰੀਅਨ ਸਿੱਖਣੀ ਸ਼ੁਰੂ ਕਰਤੀ। ਉਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਾ ਕਿ ਇਹਦਾ ਕੋਰੀਅਨ ਲੈਂਗੁਏਜ ਵਿੱਚ ਇੰਟਰਸਟ ਚੱਲ ਗਿਆ, ਫਿਰ ਇਹਨੂੰ ਮੈਂ ਕਿਹਾ ਕਿਉਂ ਨਾ ਤੂੰ ਆਪਣੀ ਲੈਂਗੁਏਜ ਪਰਸੂ ਕਰ। ਫਿਰ ਔਨਲਾਈਨ ਇਹਦੇ ਪੇਪਰ ਦਵਾਏ, ਫਿਰ ਜਦੋਂ ਇਹਨੂੰ ਉਹ 'ਚੋਂ ਕੌਨਫੀਡੈਂਸ ਮਿਲਿਆ ਫਿਰ ਹੋਰ ਲੈਂਗੁਏਜ ਫਰੈਂਚ ਵੱਲ ਗਈ, ਫਿਰ ਜਰਮਨ, ਫਿਰ ਜੈਪਨੀਜ਼, ਇੱਦਾਂ ਹੀ ਕਰਦੇ ਕਰਦੇ ਇਹਨੂੰ ਥੋੜ੍ਹਾ ਹੋਰ ਬਾਕੀ ਲੈਂਗੁਏਜ ਵਾਲੇ ਦਾ ਧਿਆਨ ਗਿਆ ਅਤੇ 4 ਲੈਂਗੁਏਜ ਇਹਨੇ ਸਰਟੀਫਿਕੇਟਸ ਲਏ ਆ ਅਤੇ 3 ਲੈਂਗੁਏਜ ਵੈਸੇ ਬੋਲ ਲੈਂਦੀ ਹੈ ਕਿਉਂਕਿ ਟਾਈਮ ਨਹੀਂ ਮਿਲਿਆ। ਉਸ ਤੋਂ ਬਾਅਦ ਸਟੱਡੀ ਸਟਾਰਟ ਹੋ ਗਈਆਂ, ਇਹ ਸਾਰਾ ਕੁਛ ਲੋਕਡਾਊਨ ਦੇ ਵਿੱਚ ਹੀ ਇਹਦੇ ਨਾਲ ਸਪੋਰਟ ਆਪਾਂ ਕੀਤੀ ਅਤੇ ਹੁਣ ਅੱਗੇ ਹੋਰ ਵੀ ਲੈਂਗੁਏਜ ਕਰੇ ਗਏ ਹੈ। ਤੁਸੀਂ ਕਦੇ ਸਿੱਖਣ ਦੀ ਕੋਸ਼ਿਸ਼ ਕੀਤੀ ਬੜੀ? ਮੈਂ ਲਾਗੇ ਬੈਠਦਾ ਜ਼ਰੂਰ ਹੁੰਦਾ ਸੀਗਾ, ਕਰਦਾ ਸੀਗਾ, ਮਗਰ ਮੈਨੂੰ ਮਿਊਜ਼ਿਕ ਪਸੰਦ ਆਉਂਦਾ, ਕੋਰੀਅਨ ਮਿਊਜ਼ਿਕ, ਮਗਰ ਮੈਨੂੰ ਪਤਾ ਨਹੀਂ ਲੱਗਦਾ ਕਿ ਬੋਲਦੇ ਕੀ ਹੈ, ਉਹ ਮੈਨੂੰ ਨਹੀਂ ਪਤਾ ਜੇ ਪੁੱਛਿਆ ਹੋਇਆ ਵੀ ਦੱਸੋ ਸਹੀ ਬੇਟਾ ਬੋਲਦੇ ਕੀ ਨੇ। ਹਾਂ, ਮੈਂ ਪੁੱਛਦਾ ਰਹਿੰਦਾ ਕਿ ਬੋਲਦੇ ਕੀ ਹੈ, ਇਹ ਦੱਸਦੀ ਰਹਿੰਦੀ ਕਿ ਇਸ ਤਰ੍ਹਾਂ ਬੋਲਦੇ ਇਹ ਬੋਲਦੇ, ਮਗਰ ਸਾਨੂੰ ਨਹੀਂ, ਸਾਨੂੰ ਬਸ ਉਹ ਜਿਹੜਾ ਜਿਹੜੇ ਬਣਾਉਂਦੇ ਆ ਨਾ ਅਲਫਾਬੈਟ, ਉਹ ਮੈਨੂੰ ਆਉਂ ਲੱਗਦੇ ਪਤਾ ਕੀੜੇ ਮਕੌੜੇ ਜਿਹਾ ਪਤਾ ਕੀ ਬਣਾ ਦਿੰਦੇ ਆ,
ਤੇ ਉਹਦਾ ਨਹੀਂ ਇੰਨਾ ਜ਼ਿਆਦਾ ਪਤਾ ਲੱਗਦਾ। ਹੁਣ ਬੇਟੀ ਕੀ ਕਹਿੰਦੀ ਹੈ, ਕੀ ਬਣਨਾ ਚਾਹੁੰਦੀ ਹੈ? ਬੇਟੀ ਦਾ ਬਸ ਇਹੀ ਹੈ ਕਿ ਪਹਿਲੇ ਤਾਂ ਇਹਨੇ ਹੁਣ 10th ਦੇ ਵਿੱਚ ਉਹਦਾ ਕੋਰੀਅਨ ਟੌਪਿਕ ਦਾ ਪੇਪਰ ਦਿੱਤਾ, ਹੁਣ ਫਰੈਂਚ ਦੀ ਫਿਰ ਦੇਗਾ, A2 ਲੈਵਲ ਦੇਗੀ, ਫਿਰ ਪਲੱਸ 2 ਤੋਂ ਬਾਅਦ ਇਹ ਟੌਪਿਕ ਦਾ ਹਾਇਰ ਵਰਜ਼ਨ ਟੌਪਿਕ 2 ਹੁੰਦਾ ਉਹ ਦੇਗੀ, ਅਤੇ ਫਰੈਂਚ ਦਾ B2 ਲੈਵਲ ਦੇਗੀ। ਉਸ ਤੋਂ ਬਾਅਦ ਕਹਿੰਦੀ ਕਿ ਮੈਂ 3 ਡਿਗਰੀਆਂ ਇਕੱਠੀਆਂ ਕਰਨੀਆਂ ਆਪਣੀਆਂ, ਫਰੈਂਚ ਦੀ ਗ੍ਰੈਜੂਏਸ਼ਨ, ਕੋਰੀਅਨ ਦੀ ਅਤੇ ਇੰਗਲਿਸ਼ ਓਨਰ, ਅਤੇ ਉਸ ਤੋਂ ਬਾਅਦ ਕਹਿੰਦੀ ਮੈਂ ਟਰਾਂਸਲੇਟਰ ਅੰਬੈਸੀ 'ਚ ਲੱਗਣਾ। ਕਿਸ ਤਰ੍ਹਾਂ ਦੀ ਤਿਆਰੀ ਚੱਲਦੀ ਘਰ? ਹਾਂ, ਮਤਲਬ ਕਿ ਵਧੀਆ, ਜਦੋਂ ਬੱਚਾ ਪੜ੍ਹਦਾ ਹੋਵੇ ਤਾਂ ਫਿਰ ਮਾਂ ਪਿਓ ਨੂੰ ਸਪੋਰਟ ਕਰਨੀ ਚਾਹੀਦੀ ਆ, ਉਹਨੂੰ ਮਤਲਬ ਕਿ ਉਹਨੂੰ ਹੌਸਲਾ ਅਫਜਾਈ ਕਰਨੀ ਚਾਹੀਦੀ ਆ, ਜੋ ਮੰਗਦੀ ਆ। ਚਲੋ ਮੈਂ ਅਰਨਿੰਗ ਹੈਂਡ, ਆਪਣਾ ਸਿੰਗਲ ਅਰਨਿੰਗ ਹੈਂਡ ਆ, ਇਹਦੇ ਮਦਰ ਹਾਊਸ ਵਾਈਫ ਆ, ਫਿਰ ਵੀ ਜੋ ਬੱਚਾ ਡਿਮਾਂਡ ਕਰਦਾ ਸਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਅਤੇ ਕਰਨੀਆਂ ਚਾਹੀਦੀਆਂ, ਕਿਉਂਕਿ ਜੇ ਬੱਚਾ ਇੰਟਰਸਟ ਲੈਂਦਾ ਸਟੱਡੀ 'ਚ ਤਾਂ ਸਾਨੂੰ ਵੀ ਨਾਲ ਉਹਦੇ ਪੂਰੀ ਸਪੋਰਟ ਕਰਨੀ ਚਾਹੀਦੀ ਹੈ। ਮੇਰਾ ਨਾਮ ਮਨਪ੍ਰੀਤ ਕੌਰ ਹੈ ਔਰ ਮੈਂ ਅਜਨੀਤ ਦੀ ਮਦਰ ਹਾਂ। ਔਰ ਲੋਕਡਾਊਨ ਵਿੱਚ ਹੀ ਇਹਨੂੰ ਇੰਟਰਸਟ ਲੱਗ ਪਿਆ ਸੀਗਾ ਇਹਦੇ ਵਿੱਚ, ਕੋਰੀਅਨ ਵਗੈਰਾ ਸਾਰੀ ਲੈਂਗੁਏਜ ਸਿੱਖਣ 'ਚ। ਅਤੇ ਮੈਨੂੰ ਜੋ ਬੇਟੀ ਨੇ ਪ੍ਰਾਊਡ ਮਹਿਸੂਸ ਕਰਾਇਆ ਹੈ, ਮੈਂ ਉਸ ਤੋਂ ਵੱਧ ਵੀ ਇਹਦੀ ਥੈਂਕਫੁੱਲ ਹਾਂ ਕਿ ਇਹਨੇ ਸਾਨੂੰ ਇੰਨਾ ਪ੍ਰਾਊਡ ਮਹਿਸੂਸ ਕਰਾਇਆ। ਅਤੇ ਥੈਂਕਫੁੱਲ ਇਸ ਲਈ ਵੀ ਹਾਂ ਕਿ ਇਹਨੇ ਇੱਕ ਬਹੁਤ ਯੂਨੀਕ ਮਤਲਬ ਆਪਣਾ ਕਰੀਅਰ ਓਪਰਚੁਨਿਟੀ ਚੁਣੀ ਹੈ ਔਰ ਆਪਣੀ ਜਨਰੇਸ਼ਨ ਵਾਸਤੇ ਇੱਕ ਇਗਜ਼ਾਮਪਲ ਸੈੱਟ ਕੀਤੀ ਹੈ ਕਿ ਉਹ ਵੀ ਇੱਕ ਆਪਣੇ ਮਤਲਬ ਜੋ ਏਮ ਹੁੰਦੇ ਨੇ ਰੈਗੂਲਰ ਉਹਨਾਂ ਦੇ ਕਿ ਅਸੀਂ ਔਫਿਸਰ ਲਾਈਨ 'ਚ ਜਾਣਾ ਹੈ ਜਾਂ ਡਾਕਟਰ ਬਣਨਾ, ਇੰਜੀਨੀਅਰ ਬਣਨਾ, ਇਹ ਇੱਕ ਯੂਨੀਕ ਇੱਕ ਡਿਫਰੈਂਟ ਵੇ ਹੈ ਕਿ ਮਤਲਬ ਬੱਚਿਆਂ ਨੂੰ ਇੱਕ ਇਹਨੇ ਬਹੁਤ ਵੱਡੀ ਇਗਜ਼ਾਮਪਲ ਸੈੱਟ ਕੀਤੀ ਹੈ। ਅਤੇ ਮੈਂ ਇਸ ਲਈ ਇਹਦੀ ਥੈਂਕਫੁੱਲ ਵੀ ਹਾਂ ਅਤੇ ਬਹੁਤ ਪ੍ਰਾਊਡ ਹਾਂ। ਮਤਲਬ ਇਹ ਸੁਣਦੀ ਹੈ, ਸਿੱਖਦੀ ਹੈ ਅਤੇ ਇੰਟਰਸਟ ਮੈਨੂੰ ਨਹੀਂ ਹੋਇਆ, ਬਟ ਹਾਂ ਖੁਸ਼ੀ ਜ਼ਰੂਰ ਹੁੰਦੀ ਹੈ ਕਿ ਬੱਚਾ ਇਹ ਚੀਜ਼ ਮਤਲਬ ਕਰ ਰਿਹਾ ਹੈ, ਅੱਗੇ ਵੱਧ ਰਿਹਾ ਹੈ, ਅਤੇ ਇਸ ਵਿੱਚ ਮੈਂ ਮਤਲਬ ਖੁਸ਼ ਹੁੰਦੀ ਹਾਂ ਬੱਚੇ ਵੱਲ ਦੇਖ ਕੇ। ਅਤੇ ਅੱਜ ਜੋ ਇਹਨੇ ਸਾਨੂੰ ਪ੍ਰਾਊਡ ਫੀਲ ਕਰਾਇਆ ਅਤੇ ਉਹਦੇ ਵਾਸਤੇ ਰੀਅਲੀ ਇੱਕ ਬਿਗ ਥੈਂਕਫੁੱਲ ਹਾਂ ਆਪਣੇ ਬੱਚੇ ਦੀ। ਜਿਸ ਤਰ੍ਹਾਂ ਤੁਸੀਂ ਆਪਣੇ ਖੁਦ ਕਿਹਾ ਕਿ ਇੱਕ ਡਿਫਰੈਂਟ ਕਨਸੈਪਟ ਜਿਹੜਾ ਨੇ ਛੋੜਿਆ ਹੈਗਾ ਬੇਟੀ, ਹੈ ਨਾ? ਹਾਂਜੀ, ਕਿਉਂਕਿ ਹੈਲਪ ਦੀ ਵੀ ਜ਼ਰੂਰਤ ਹੁੰਦੀ ਹੈ ਜਦੋਂ ਕੋਈ ਨਹੀਂ ਪਤਾ ਲੱਗਦਾ, ਪੁੱਛਣਾ ਵੀ ਹੁੰਦਾ ਮੰਮੀ ਪਾਪਾ ਨੂੰ ਵੀ ਕਿੱਥੋਂ ਕੀ ਕਰਾਂ, ਕਦੇ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਭਾਸ਼ਾ ਮਤਲਬ ਵੱਖਰੀ ਨੇ, ਮੇਰੇ ਕੋਲ ਤਾਂ ਨਹੀਂ ਆਉਂਦੀਆਂ ਹੈਗੀਆਂ। ਹਾਂਜੀ, ਉਸ ਵਾਸਤੇ ਇਹਦੇ ਪਾਪਾ ਨੇ ਉਹਨੂੰ ਬਹੁਤ ਗਾਈਡ ਕੀਤਾ ਹੈ ਔਰ ਉਹਨਾਂ ਨੇ ਐਕਚੁਅਲੀ ਉਹ ਰੀਅਲੀ ਇਹਨਾਂ ਇਹਦੇ ਵਾਸਤੇ ਬਹੁਤ ਵੱਡੇ ਇਸ ਚੀਜ਼ ਲਈ ਗਾਈਡ ਰਹੇ ਨੇ। ਉਹਨਾਂ ਨੇ ਮਤਲਬ ਯੂਨੀਵਰਸਿਟੀ ਦੇ ਇਹਨੂੰ ਇਗਜ਼ਾਮ ਲਈ ਕਿਹਾ ਕਿ ਅਸਾਂ ਤੂੰ ਇਗਜ਼ਾਮ ਦੇ, ਅਤੇ ਇਹਨੇ ਫਿਰ ਉਸ ਚੀਜ਼ ਨੂੰ ਅੱਗੇ ਵਧਾਉਂਦੀ ਗਈ। ਉਸ ਨੇ ਇਹਦਾ ਪੈਸ਼ਨ ਸੀਗਾ ਕਿ ਮੈਂ ਸਿੱਖਣਾ ਹੈ, ਬਟ ਜਿਸ ਤਰ੍ਹਾਂ ਹੁਣ ਅਸੀਂ ਇਹਦਾ ਟੋਪਿਕ ਦਾ ਇਗਜ਼ਾਮ ਦਿੱਲੀ ਦਵਾਇਆ ਹੈ, ਉਹ ਵੀ ਇਹਨਾਂ ਨੇ ਮਤਲਬ ਇਹ ਚੀਜ਼ ਨੂੰ ਸਰਚ ਕਰਕੇ ਕਿ ਇਹ ਚੀਜ਼ 'ਤੇ ਆਪਣੇ ਇਗਜ਼ਾਮ ਦੇ ਕੇ ਸਰਟੀਫਿਕੇਟ ਹਾਸਿਲ ਕਰ ਸਕਦੀ ਹੈ, ਅਤੇ ਅਸੀਂ ਇਸ ਚੀਜ਼ ਲਈ ਇਹਨੂੰ ਮੋਟੀਵੇਟ ਕਰਦੇ ਰਹਿੰਦੇ ਹਾਂ। ਬੇਟੀ ਕਹਿੰਦੀ ਵੀ ਮੈਂ ਆਪਣਾ ਜਿਹੜਾ ਗੋਲ ਨੇ ਅਚੀਵ ਕਰਨਾ ਹੈਗਾ, ਉਹਦੇ ਵਾਸਤੇ ਕਿਸ ਤਰ੍ਹਾਂ ਤਿਆਰੀ ਕੀਤੀ ਜਾ ਰਹੀ ਹੈ, ਕੀ ਕੁਛ ਕੀਤਾ ਜਾ ਰਿਹਾ? ਹਾਂ, ਹੁਣ ਨੈਕਸਟ ਇਹਦਾ ਇਹ ਹੀ ਹੈ ਕਿ ਇਹਨੇ ਮਤਲਬ ਉਹਦੇ ਵਿੱਚ ਡਿਗਰੀਜ਼ ਆਪਣੀ ਪਲੱਸ 2 ਤੋਂ ਬਾਅਦ ਲਏਗੀ ਔਰ ਫਿਰ ਉਹ ਆਪਣਾ ਇਸ ਵਿੱਚ ਆਪਣਾ ਕਰੇਗੀ, ਕਰੀਅਰ ਬਣਾਏਗੀ। ਲਾਸਟ ਸਵਾਲ, ਜਿਸ ਤਰ੍ਹਾਂ ਦੇ ਨਾਲ ਅਜੇ ਵੀ ਕਈ ਮਾਪੇ ਹੈਗੇ ਨੇ ਜਿਹੜੇ ਕਹਿੰਦੇ ਵੀ ਬੇਟੀਆਂ ਨੂੰ ਨਹੀਂ ਪੜ੍ਹਾਉਣਾ ਚਾਹੀਦਾ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਹੁਣ ਤਾਂ ਦੇਖੋ ਮੇਰੇ ਖਿਆਲ ਨਾਲ ਇਹ ਸੋਚ ਕਾਫੀ ਬਦਲ ਚੁੱਕੀ ਹੈ ਹਰ ਪੇਰੈਂਟਸ ਦੀ ਕਿ ਉਹ ਆਪਣੇ ਬੱਚਿਆਂ ਨੂੰ ਘਰ ਨਹੀਂ ਬਿਠਾਉਂਦੇ ਜਾਂ ਇਹ ਸੋਚ ਨਹੀਂ ਹੈ। ਔਰ ਬਹੁਤ ਸਾਰੀਆਂ ਸਾਡੇ ਦੇਸ਼ ਦੀਆਂ ਬੇਟੀਆਂ ਨੇ ਬਹੁਤ ਬਹੁਤ ਵੱਡੀ ਇਗਜ਼ਾਮਪਲ ਸੈੱਟ ਕੀਤੀ ਹੈ ਸਾਰਿਆਂ ਵਾਸਤੇ, ਇੱਕ ਬਹੁਤ ਹੀ ਹਟ ਕੇ ਕੰਮ ਕਰਕੇ। ਈਵਨ ਕਿ ਸਾਡੇ ਦੇਸ਼ ਦੇ ਜਿਹੜੇ ਮੁੰਡੇ ਨੇ ਉਹ ਉਸ ਚੀਜ਼ ਨੂੰ ਆਪਣੇ ਮਤਲਬ ਵੇ ਤੋਂ ਹਟ ਚੁੱਕੇ ਨੇ, ਜਿਸ ਤਰ੍ਹਾਂ ਸਾਡੇ ਪੰਜਾਬ 'ਚ ਤਾਂ ਨਸ਼ਿਆਂ 'ਚ ਜ਼ਿਆਦਾ ਪੈ ਚੁੱਕੇ ਨੇ ਜਾਂ ਬਾਹਰ ਫੋਰਨ ਕੰਟਰੀ 'ਚ ਸੈਟਲ ਹੋ ਰਹੇ ਨੇ, ਪਰ ਬੇਟੀਆਂ ਨੇ ਸਾਡੇ ਦੇਸ਼ ਵਿੱਚ ਰਹਿ ਕੇ ਬਹੁਤ ਵੱਡੀ ਇਗਜ਼ਾਮਪਲ ਸੈੱਟ ਕੀਤੀ ਹੈ। ਅਤੇ ਵਨ ਆਫ ਮਾਈ ਡੋਟਰ ਇਹਨੇ ਵੀ ਇੱਕ ਬਹੁਤ ਵੱਡੀ ਇਗਜ਼ਾਮਪਲ ਸੈੱਟ ਕੀਤੀ ਹੈ। ਅਤੇ ਕਿਸੇ ਦੀ ਸੋਚ ਨਹੀਂ ਅੱਜ ਕੱਲ੍ਹ ਕਿ ਬੱਚਿਆਂ ਨੂੰ ਬੇਟੀਆਂ ਨੂੰ, ਮੈਨੂੰ ਨਹੀਂ ਲੱਗਦਾ ਕਿ ਅਗਰ ਜੇ ਕਿਸੇ ਦੀ ਹੈ ਵੀ ਹੈ ਤਾਂ ਉਹ ਦੇਖਣ ਅਤੇ ਆਪਣੀ ਸੋਚ ਨੂੰ ਬਦਲਣ। ਬਸ ਇਹੀ ਮੈਸੇਜ ਦੇਵਾਂਗੀ।